ਜਿੱਦਣ ਬਾਰਡਰਾਂ ਤੇ ਕਿਸਾਨ ਬੈਠੇ ਸੀ ਦਿੱਲੀ ਲੈ ਕੇ ਉਹਨਾਂ ਨੂੰ ਕੌਣ ਗਏ ਸੀ ਜਥੇਬੰਦੀਆਂ ਦੇ ਤਾਂ ਬਾਰਡਰਾਂ ਤੇ ਬੈਠਣ ਦਾ ਉਸ ਉਦਣ ਕਿਉਂ ਨਹੀਂ ਕਿਸੇ ਨੇ ਸਵਾਲ ਕੀਤੇ ਉਦਣ ਇਹੀ ਦੀਪ ਸੀ ਇਹਦੀ ਅਗਵਾਈ ਚ ਨੌਜਵਾਨ ਸੀ ਜਿਨ੍ਹਾਂ ਨੇ ਖਾ ਕੇ ਜਦ ਉੱਥੇ ਸਾਰਾ ਕੁਝ ਕਾਬੂ ਆ ਗਿਆ ਫਿਰ ਨੌਜਵਾਨ ਪਿੱਛੇ ਹਟਾ ਦਿੱਤੇ ਜੇ ਨਿਸ਼ਾਨ ਸਾਹਿਬ ਇਹੀ ਨਿਸ਼ਾਨ ਜਿਹੜੀਆਂ ਕੌਮਾਂ ਆਪਣੇ ਨਿਸ਼ਾਨਾਂ ਤੋਂ ਮੁਨਕਰ ਹੋ ਜਾਂਦੀਆਂ ਨੇ ਨਾ ਉਹਨਾਂ ਕੋਲ ਕੌਮਾਂ ਦੇ ਫਿਰ ਨਿਸ਼ਾਨ ਮਿਟ ਜਾਂਦੇ ਹੁੰਦੇ ਨੇ ਨਿਸ਼ਾਨ ਸਾਹਿਬ ਲਾਇਆ ਜੀ ਹਾਲਤ ਕੀ ਕਰਤੀ 26 ਤੋਂ ਬਾਅਦ ਕੀ ਹਾਲਤ ਹੋਈ ਸੰਘਰਸ਼ ਦੀ ਤੇ ਅੱਜ ਜੇ ਸੰਘਰਸ਼ ਉੱਠਿਆ ਨਾ ਤਾਂ ਇਹ ਤਾਂ ਉੱਠਿਆ ਜੇ ਕਰਨਾਲ 'ਚ ਜ਼ੁਲਮ ਕੀਤਾ ਕੱਟਰ ਸਰਕਾਰ ਨੇ ਕਿਉਂਕਿ ਜਦ ਜਦ ਜ਼ੁਲਮ ਹੋਊਗਾ ਜਦ ਜਦ ਖਾਲਸਾ ਪੰਥ ਉੱਤੇ ਖੜਾ ਹੋਊਗਾ ਬਲਾਈ ਸੋਨਹਾਰ ਕੈਰੀਅਰ ਛੱਡ ਕੇ ਆਪਦਾ ਪਰਿਵਾਰ ਛੱਡ ਕੇ ਅਸੀਂ ਰੋਜ਼ ਇਹਦੇ ਨਾਲ ਫਿਰਦੇ ਆ ਇਸ ਨੌਜਵਾਨ ਕੋ ਆਪਦਾ ਘਰ ਵੀ ਹੈ ਨਹੀਂ ਠੀਕ ਹੈ ਇੱਕ ਸਾਲ ਹੋ ਗਿਆ ਕਦੇ ਕਿਤੇ ਰਾਤ ਕੱਟਦਾ ਕਦੇ ਕਿਤੇ ਰਾਤ ਕਰਦਾ ਤੇ ਆਪਣੇ ਤਰਾਸਦੀ ਦੇਖੋ ਤੇ ਆਪਾਂ ਟੈਗ ਲਾ ਕੇ ਤੇ ਅੱਜ ਵੀ ਆਪਾਂ ਉੱਥੇ ਹੀ ਖੜੇ ਆ ਤਖਤ ਸਾਹਿਬਾਨ ਦੇ ਸਾਹਮਣੇ ਖੜ ਕੇ ਦਾ ਯਾਰ ਘੱਟੋ ਘੱਟੋ ਗੱਲਾਂ ਕਰ ਲਓ ਜਿਹੜੀਆਂ ਸੱਚੀਆਂ ਨੇ ਤੇ ਫਿਰ ਮੈਂ ਤੁਹਾਨੂੰ ਹੋਰ ਸਪਸ਼ਟ ਕਰਦਾ ਸਿੰਘ ਸਾਹਿਬ ਕਹਿੰਦੇ ਨੇ ਜਿੱਦਣ ਊਧਮ ਸਿੰਘ ਨੇ ਇਤਿਹਾਸ ਲਿਖਿਆ ਸੀ ਉਹਨੇ ਕਿਹਦੇ ਨਾਲ ਸਲਾਹ ਕਰੀ ਸੀ ਉਹਨੇ ਕਿਹਨੂੰ ਕਿਹਾ ਸੀ ਵੀ ਆ ਜਾਓ ਮੈਂ ਨਾਲ ਚੱਲਦਾ ਜਿੱਦਣ ਭਾਈ ਰਣਜੀਤ ਸਿੰਘ ਨੇ ਇਤਿਹਾਸ ਲਿਖਿਆ ਸੀ ਕਰੀ ਸੀ ਕਿਸੇ ਨਾਲ ਸਲਾਹ ਜਿੱਦਣ ਸੁੱਖੇ ਨੇ ਜਿੰਦੇ ਨੇ ਲਿਖਿਆ ਸੀ ਕਰੀ ਸੀ ਸਲਾਹ ਜਿੱਦਣ ਬੇਅੰਤ ਸਿੰਘ ਔਰ ਸਤਵੰਤ ਸਿੰਘ ਨੇ ਲਿਖਿਆ ਸੀ ਕਰੀ ਸੀ ਸਲਾਹ ਜਿੱਦਣ ਦਲਾਵਰ ਸਿੰਘ ਨੇ ਲਿਖਿਆ ਸੀ ਇਤਿਹਾਸ ਸੁਨਹਿਰੀ ਅੱਖਰਾਂ 'ਚ ਕਿਹਨੇ ਸਲਾਹ ਕਰੀ ਸੀ 84 ਤੋਂ ਬਾਅਦ 35,000 ਸ਼ਹਾਦਤ ਹੋ ਗਈ ਨੌਜਵਾਨਾਂ ਦੀ ਕਈ ਜਿਉਂਦੇ ਵੀ ਫਿਰਦੇ ਨੇ ਠੀਕ ਹੈ ਕਿਸੇ ਨੇ ਨਹੀਂ ਦੀ ਸਲਾਹ ਕਰੀ ਇਸ ਗੁਰੂ ਦੀ ਉਹ ਜਦ ਬੇਪਤੀ ਹੋ ਗਈ ਤੀ ਤੁਰਪੇ ਦੀ ਉੱਠ ਕੇ ਕਦੇ ਨਹੀਂ ਦੀ ਸਲਾਹ ਕਰੀ ਮੈਂ ਚੱਲਦਾ ਮੈਂ ਚੱਲਦਾ ਜਿਹੜੇ ਗਰਜਦੇ ਨੇ ਉਹ ਵਰਸਦੇ ਨਹੀਂ ਹੁੰਦੇ ਤੇ ਕਿਸਾਨੀ ਸੰਘਰਸ਼ ਦੇ ਵਿੱਚ ਪੂਰਾ ਯੋਗਦਾਨ ਪਾਇਆ 71 ਰਾਤਾਂ ਮੈਂ ਆਪ ਸੜਕ ਤੇ ਸੌਂ ਕੇ ਆਏ ਹਾਂ ਸੜਕ ਤੇ ਕੋਈ ਕਹਿ ਦੇਵੇ ਇੱਕ ਪੈਸਾ ਅਸੀਂ ਜਿੰਨੀ ਸਾਡੀ ਟੀਮ ਹੈ ਸ਼ੰਭੂ ਮੋਰਚੇ ਦੀ ਦੀਪ ਅਸੀਂ ਆਪਣਾ ਘਰ ਫੂਕ ਕੇ ਆਪਣੀ ਕੌਮ ਲਈ ਯਾਰ ਕਿਸਾਨੀ ਲਈ ਲੜੇ ਹਾਂ ਨਹੀਂ ਮੈਂ ਤੁਹਾਨੂੰ ਇਹੋ ਜਿਹੇ ਬੰਦੇ ਦਿਖਾ ਦੂੰ ਜਿਨ੍ਹਾਂ ਨੂੰ ਅਸੀਂ ਸਾਈਕਲ ਸਕੂਟਰਾਂ ਦੇ ਪੈਸੇ ਦਿੱਤੇ ਉਹ BMW ਕਾਰਾਂ 'ਚ ਘੁੰਮਦੇ ਨੇ ਜੇ ਗਲਤ ਹੋ ਰਿਹਾ ਨੂੰ ਗਲਤ ਕਹਾਂਗੇ ਨਹੀਂ ਜੇ ਅੱਜ ਤੱਕ ਤੁਸੀਂ ਗਲਤ ਨੂੰ ਗਲਤ ਨਹੀਂ ਕਿਹਾ ਤਾਂ ਕੌਮ ਅੱਜ ਇੱਥੇ ਪਹੁੰਚ ਗਈ ਜੇ ਗਲਤ ਨੂੰ ਗਲਤ ਨਹੀਂ ਨਾ ਕਿਹਾ ਅੱਜ ਨੌਜਵਾਨੀ 'ਚ ਹੋਇਆ ਹੌਸਲਾ ਬਾਹਾਂ ਤੋਂ ਫੜਦੇ ਹਾਂ ਕਿੱਥੇ ਗਿਆ ਅੱਜ ਬਾਦਲ ਪਰਿਵਾਰ ਜਿਹੜੇ ਬਾਦਲ ਪਰਿਵਾਰ ਨੂੰ ਮੱਥਾ ਟੇਕਦੇ ਦੀ ਜਿਹੜੇ MLA ਮਿਨਿਸਟਰਾਂ ਦੇ ਮੂਹਰੇ ਕਿਸੇ ਦੀ ਜ਼ਰੂਰਤ ਨਹੀਂ ਦੀ ਪੈਂਦੀ ਪੈਂਦੀਆਂ ਨੇ ਡਾਂਗਾਂ ਕੌਣ ਮਾਰ ਰਿਹਾ ਆ ਨੌਜਵਾਨੀ ਮਾਰ ਰਹੀ ਹੈ ਇਹ ਜਾਨ ਸੀ ਸੰਤ ਜਰਨੈਲ ਸਿੰਘ ਨੇ ਇਹ ਸਾਰੀਆਂ ਗੱਲਾਂ ਉਸ ਵੇਲੇ ਸਮਝ ਲਈਆਂ ਸੀ ਤੇ ਉਸ ਵੇਲੇ ਵੀ ਆਪਾਂ ਟੈਗ ਲਾ ਦਿੱਤੀ ਠੀਕ ਹੈ ਮੈਂ ਤਾਂ ਗੋਲ ਨਹੀਂ ਗੱਲ ਕਰਦਾ ਨਾ ਸਾਨੂੰ ਅੰਦਰ ਬਾਹਰ ਦਾ ਬਹੁਤਾ ਫਰਕ ਹੈ ਠੀਕ ਹੈ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਸ਼ਰਦਾਸ 12.5 ਸਾਲ ਦੀ ਉਮਰ 'ਚ ਸੰਤਾਂ ਨੇ ਸਿਰ 'ਤੇ ਹੱਥ ਰੱਖਿਆ ਸੀ ਜਿੱਦਾਂ ਹੀ ਤੁਰੇ ਫਿਰਦੇ ਹਾਂ ਕਦੇ ਨਹੀਂ ਨਾ ਕਿਸੇ ਨੂੰ ਕਿਹਾ ਵੀ ਕਰ ਦਿਉ ਔਰ ਕੋਈ ਕਹਿ ਦੇਵੇ ਪੂਰੇ ਸੰਘਰਸ਼ 'ਚ ਕਦੇ ਇੱਕ ਪੈਸਾ ਕਿਸੇ ਤੋਂ ਲਿਆ ਹੋਵੇ ਜਾਂ ਕਦੇ ਕਿਸੇ ਨੂੰ ਕਿਹਾ ਹੋਵੇ ਵੀ ਆ ਜਾਓ ਜਿਹਨੇ ਪੰਜਾਬ ਦੀ ਕੌਮ ਦੀ ਗੱਲ ਕਰੀ ਹੈ ਕਦੇ ਕੋਈ ਅਹੁਦਿਆਂ ਵਾਸਤੇ ਜਾਂ ਕਦੇ ਕੋਈ ਆਪਣੀਆਂ ਗੱਲਾਂ ਟਾਰਗੇਟ ਕਰਕੇ ਸੰਘਰਸ਼ ਨਹੀਂ ਲੜੇ ਦੀਪ ਸਿੱਧੂ ਜਿੱਦਣ ਦਾ ਆਇਆ ਨਾ ਮੈਂ ਇਹਨੂੰ ਜਾਣਦਾ ਸੀ ਨਾ ਇਹ ਮੈਨੂੰ ਜਾਣਦਾ ਸੀ ਨਾ ਮੈਨੂੰ ਇਹ ਪਤਾ ਸੀ ਵੀ ਐਕਟਰ ਆ ਉਹ ਹੈ ਮੈਂ ਇਹਦੀਆਂ ਗੱਲਾਂ ਸੁਣੀਆਂ ਮੈਂ ਅੱਜ ਵੀ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਕਹਿਣਾ ਕਿ ਇਹਦੀ ਜਿਹੜੀ ਸੋਚ ਹੈ ਉਹਦੇ ਕਰਕੇ ਅਸੀਂ ਨਾਲ ਹੈ ਜਿੱਦਣ ਸੋਚ ਛੱਡੀ ਸਭ ਤੋਂ ਪਹਿਲਾਂ ਮੈਂ ਛੱਡੂੰਗਾ ਵੀ ਚੱਲ ਭਾਈ ਤੇਰਾ ਰਸਤਾ ਹੋ ਰਿਹਾ ਸਾਡਾ ਹੋ ਰਿਹਾ ਤੇ ਅੱਜ ਆਪਾਂ ਯਾਰ ਕਿੱਥੇ ਖੜੇ ਹਾਂ ਔਰ ਆਪਾਂ ਹਰੇਕ ਉਹਨਾਂ ਗੱਲਾਂ 'ਚ ਜਜ਼ਬਾਤਾਂ 'ਚ ਬਹਿ ਜਾਂਦੇ ਹਾਂ ਮਾੜੀ ਮਾੜੀ ਗੱਲ ਪਿੱਛੇ 12.5 ਸਾਲ ਦੀ ਉਮਰ 'ਚ ਜਦੇ ਹੀ ਤੁਰੇ ਫਿਰਦੇ ਹਾਂ ਪੂਰਾ ਸੰਘਰਸ਼ ਦੇਖਿਆ ਪੂਰਾ ਸੰਤਾਂ ਵਾਲਾ ਠੀਕ ਹੈ ਕਦੇ ਨਹੀਂ ਕਿਹਾ ਵੀ ਆਹ ਕਰਿਆ ਉਹ ਕਰਿਆ ਇਹ ਤਾਂ ਅੱਜ ਤੁਹਾਨੂੰ ਦੱਸਦਾ ਕਿ ਤੁਸੀਂ ਥੋੜ੍ਹਾ ਜਿਹਾ ਇੱਥੇ 4 ਟਰਾਲੀਆਂ ਯਾਰ ਸ਼ਰਮ ਆਉਂਦੀ ਆ ਉੱਥੇ ਨੂੰ ਤਾਂ ਟਰਾਲੀਆਂ ਭਰ ਕੇ ਤੁਰ ਪਏ ਜ਼ਮੀਨਾਂ ਵਾਸਤੇ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਲੈ ਕੇ ਦਿੱਤੀਆਂ ਉਹ ਆ ਜਿਹੜੇ ਬਾਪ ਦੀ ਪੱਗ ਰੋੜ ਤੀ ਆ ਬੈਠੇ ਇੰਨੇ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਟਰਾਲੀ ਹੱਥ ਖੜਾ ਕਰੋ ਉਧਰ ਨੂੰ ਤਾਂ ਟਰਾਲੀਆਂ ਲੈ ਕੇ ਤੁਰ ਪਏ ਲੰਗਰ ਕੌਮ ਦਾ ਨਿਸ਼ਾਨ ਸਾਹਿਬ ਕੌਮ ਦੇ ਕੁੱਟ ਨੌਜਵਾਨਾਂ ਤੇ ਸਾਡਿਆਂ ਦੇ ਪਈ ਟੋਲੇ ਜਿਹੜੇ ਐਡੇ ਐਡੇ ਸੰਤਾਂ ਦੀਆਂ ਫੋਟੋਆਂ ਵਾਲੇ ਉਹਨਾਂ ਨੇ ਕੁੱਟ ਖਾਧੀ ਆ ਉਹਨਾਂ ਨੇ ਪਾਈ ਆ ਬਾਣੀ ਪੁਲਿਸ ਜਿੱਦਾਂ 26 ਨੂੰ ਗਏ ਆ ਨਹੀਂ ਆ ਜਿਨ੍ਹਾਂ ਦੇ ਪਿੱਛੇ ਆਪਾਂ ਇੱਕ ਦੂਏ ਦੇ ਕੱਪੜੇ ਪਾੜਨ ਨੂੰ ਤਿਆਰ ਆ ਨਾ ਇਹਦਾ ਬਾਰਡਰਾਂ ਦੇ ਵੇਗੇ ਸੀ ਮੈਂ ਠਾਲਿਆ ਮੈਂ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਕਹਿਣਾ ਕਿ ਰਾਜੇਵਾਲ ਨੂੰ ਜਦ ਟਰੈਕਟਰ ਅੰਬਾਲਾ ਟੱਪ ਗਏ ਮੈਂ ਠਾਲ ਕੇ ਲੈ ਕੇ ਗਿਆ ਉਹਨੂੰ ਆ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਕਹਿਣਾ ਜਦ ਨੂੰ ਦੀਪ ਸਿੱਧੂ ਹੋਣੀ ਅੰਬਾਲਾ ਟੱਪ ਗਏ ਸੀ ਕਿਸੇ ਕਿਸੇ ਇੱਕ ਲੀਡਰ ਦੇ ਕਿਸੇ ਇੱਕ ਲੀਡਰ ਦੇ ਕੋਈ ਲਿਆ ਕੇ ਦਿਖਾਓ ਕਿਸੇ ਦੇ ਸੋਟੀ ਵੱਜੀ ਹੋਵੇ ਕਦੇ
ਨਾ ਕਦੇ ਬਾਦਲਾਂ ਦੇ ਬੱਜੀ ਤੇ ਨਾ ਇਹਨਾਂ ਦੇ ਬੱਜੀ। ਜੇ ਉਹ ਗਲਤ ਨੇ ਆਪਾਂ ਯਾਰ ਗਲਤ ਨਹੀਂ ਕਹਿ ਸਕਦੇ, ਤੁਸੀਂ ਜਜ਼ਬਾਤੀ ਹੋ ਜਾਂਦੇ ਹੋ ਹਰੇਕ ਗੱਲ 'ਚ। ਇੱਕ ਸਾਲ ਹੋ ਗਿਆ, ਫਿਰ ਹੋਰ ਸੁਣ ਲਓ ਸੰਘਰਸ਼ ਕੀ ਹੁੰਦੇ ਨੇ, ਤੁਸੀਂ ਦੇਖੇ ਹੀ ਨਹੀਂ ਨੌਜਵਾਨਾਂ ਨੇ ਸੰਘਰਸ਼ ਹੁੰਦੇ ਕੀ ਨੇ। ਸਰਕਾਰਾਂ ਨਾਲ ਟਕਰਾਉਣ ਸੰਘਰਸ਼ ਹੁੰਦੇ ਨੇ, ਸਰਕਾਰਾਂ ਤੋਂ ਹੱਕ ਲੈਣੇ ਸੰਘਰਸ਼ ਹੁੰਦੇ ਨੇ। ਮੰਗਤੇ ਨਹੀਂ ਅਸੀਂ ਹੈਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਕਦੇ ਮੰਗਤੇ ਨਹੀਂ ਹੋ ਸਕਦੇ। ਸੰਸਦ ਕੋਲ ਲਾਉਣੀ ਹੈ ਜੀ, ਕਹਿੰਦੇ ਸੰਸਦ ਲਾ ਤੂੰ ਸੰਸਦ ਜੰਤਰ ਮੰਤਰ ਤੇ, ਉਹ ਕਹਿੰਦੇ ਲਿਆਓ ਵੀ ਆਧਾਰ ਕਾਰਡ, ਜਿਵੇਂ ਨੌਕਰੀ ਦੇਣੀ ਹੁੰਦੀ ਆ ਆਧਾਰ ਕਾਰਡ ਜਮ੍ਹਾਂ ਕਰਾ ਤੇ। ਸਰਕਾਰ ਨੇ ਕਿਹਾ ਵੀ 200 ਜਾਏਂਗੇ, ਉਹ 200 ਦੇ ਗਲ 'ਚ ਸਰਕਾਰੀ ਪਟੇ ਪਏ ਨੇ ਪਹਿਲਾਂ, ਤਾਂ ਉੱਥੇ ਅਗਲਿਆਂ ਨੇ ਅੰਦਰ ਜਾਣ ਦਿੱਤੇ ਨੇ। 26 ਨਵੰਬਰ ਨੂੰ ਵੀ ਖਾਲਸਾ ਪੰਥ ਦਾ ਰੋਹ ਘੁੱਟ ਕੇ ਖੱਟਰ ਸਰਕਾਰ ਨੂੰ ਦਿੱਲੀ ਗਏ ਸੀ। 26 ਜਨਵਰੀ ਨੂੰ ਵੀ ਕੌਮ ਨੇ ਦਿਖਾ ਤਾ ਦੀ ਆਪਣਾ ਇਤਿਹਾਸ ਵੀ, ਆਪਣੀ ਹਾਜ਼ਰੀ ਲਵਾ ਤੀ ਜਿਹੜੀ, ਜਿਹਨੂੰ ਤੁਸੀਂ ਮਰੀਜ਼ ਸਮਝਦੇ ਹੋ, ਅਸੀਂ ਹੈਗੇ ਹਾਂ। ਅਤੇ ਕਿੰਨੇ ਕੁ ਬੰਦੇ ਖੜੇ ਸੀ, ਐਂ ਲੱਤਾਂ ਕੰਬ ਗਈਆਂ ਸੀ ਸਾਰਿਆਂ ਦੀਆਂ, ਉੱਥੋਂ ਭੱਜੇ ਆਏ ਸੀ ਟਰੈਕਟਰ ਲੈ ਕੇ। ਯਾਰ ਆਪਾਂ ਖੜੇ ਕਿੱਥੇ ਹਾਂ? ਆਪਾਂ ਇਸ ਗੁਰੂ 'ਤੇ ਭਰੋਸਾ ਰੱਖ ਕੇ ਜ਼ਮੀਨਾਂ ਤਾਂ ਫਿਰ ਵੀ ਲੈ ਲਾਂਗੇ। ਜ਼ਮੀਨਾਂ ਬਾਬਾ ਮੰਦਾ ਸਿੰਘ ਬਹਾਦਰ ਨੇ ਖੰਡਾ ਖੜਕਾ ਕੇ ਲੈ ਕੇ ਦਿੱਤੀਆਂ ਨੇ। ਇਹ ਤੁਹਾਨੂੰ ਤੁਹਾਡੇ ਗੁਰੂ ਨਾਲੋਂ, ਇਹਦਾ ਜਿਹੜਾ ਤੁਸੀਂ ਸਤਿਕਾਰ ਕਰਦੇ ਹੋ ਉਹਦੇ ਨਾਲੋਂ ਤੋੜਨਾ ਚਾਹੁੰਦੇ ਨੇ, ਤੁਹਾਨੂੰ ਜ਼ਮੀਨਾਂ ਨਾਲੋਂ ਤੋੜਨਾ ਚਾਹੁੰਦੇ ਨੇ। ਅੱਜ ਖੜ੍ਹ ਜਾਵੇ ਪੰਜਾਬ ਡੱਟ ਕੇ, ਇਕੱਲੀ ਕੌਮ ਹੈ ਖੜ੍ਹ ਜਾਵੇ, ਬਾਕੀ ਵੀ ਸਾਨੂੰ ਲੋੜ ਨਹੀਂ ਵੀ ਵੜ ਕੇ ਦਿਖਾਇਓ ਜ਼ਮੀਨਾਂ 'ਚ, ਵਰਜੂ ਕੋਈ ਅਬਦਾਲੀ ਨਹੀਂ ਵੜਨ ਦਿੱਤਾ। ਜਦ ਚੈਨਾ ਮਾਰਦਾ ਘੁਰਕੀ ਆ ਤੁਸੀਂ ਉਹ ਹੁੰਦੇ ਹੋ, ਫਿਰ ਉੱਥੇ ਲੱਗਦਾ ਨਾ ਨਿਸ਼ਾਨ ਸਾਹਿਬ, ਰਾਜਨਾਥ ਸਿੰਘ ਆ ਕੇ ਜਕਾਰੇ ਛੱਡਦਾ। ਜੇ ਦੀਪ ਉਹਨਾਂ ਨੇ ਨਿਸ਼ਾਨ ਸਾਹਿਬ ਲਾ ਤਾ, ਲਾਲ ਕਿਲ੍ਹਾ ਇਹਨਾਂ ਦੇ ਪਿਓ ਦਾ, ਕਿਹਨੇ ਜਿੱਤਿਆ ਸੀ ਲਾਲ ਕਿਲ੍ਹਾ? 20 ਵਾਰ ਝੰਡਾ ਉਸ ਲਾਲ ਕਿਲ੍ਹੇ 'ਤੇ ਚੜ੍ਹਾਇਆ, 20 ਵਾਰ। ਅਤੇ ਆਪਾਂ ਯਾਰ ਛੋਟੀ ਛੋਟੀਆਂ ਗੱਲਾਂ 'ਤੇ ਖੜ੍ਹੇ ਹਾਂ, ਗੱਲ ਗੁਰੂ ਦੀ ਆਪਣੇ ਦੇ ਇਸ਼ਟ ਦੀ ਕਰਦੇ ਹਾਂ। ਸਾਡੀ ਪੱਗ ਨੂੰ ਹੱਥ ਪਾ ਲਿਆ, ਉਸ ਗੱਲ ਨੂੰ ਚੈਲੰਜ ਕਰਤਾ ਜਿੱਥੋਂ ਜਨਮ ਲਿਆ ਤੁਸੀਂ ਸਾਰਿਆਂ ਨੇ, ਅਤੇ ਆਪਾਂ ਖੜ੍ਹੇ ਦੇਖ ਲਓ ਕਿੱਡੀਆਂ ਕਿੱਡੀਆਂ ਗੱਲਾਂ 'ਤੇ। ਠੀਕ ਆ, ਕੋਈ ਕਹਿੰਦਾ ਮੈਂ ਚੱਕ ਦੂੰ, ਤੁਹਾਨੂੰ ਰੋਕਿਆ ਕਿ ਨਹੀਂ ਆ ਯਾਰ? ਕਿਹਨੇ ਰੋਕਿਆ ਦੱਸੋ? ਕਿਸੇ ਨੇ ਰੋਕਿਆ ਵੀ ਉਹ ਇੱਥੋਂ ਚਲਿਆ ਗਿਆ ਬੰਦਾ? ਹਰੇਕ ਜਗ੍ਹਾ ਬੇਅਦਬੀ ਹੋ ਕੇ ਬੰਦਾ ਚਲੇ ਜਾਂਦਾ। ਜਿਹੜੀਆਂ ਗੱਲਾਂ ਨੇ ਕਰਨ ਵਾਲੀਆਂ ਉਹ ਕਰੀਏ, ਜਥੇਦਾਰ ਸਾਹਿਬ ਨੂੰ ਘੇਰੀਏ, ਜਥੇਦਾਰ ਸਾਹਿਬ ਦੇ ਐਨ ਰਹਿਨਮਾਈ ਥੱਲੇ ਉਹ ਘਰ ਆ ਜਥੇਦਾਰ ਦਾ, ਇੱਥੇ ਬੇਅਦਬੀ ਹੋ ਗਈ ਉਹਨੂੰ ਘੇਰੀਏ, ਅਤੇ ਇੱਕ ਬੇਨਤੀ ਕਰੀਏ ਕਿ 5 ਦੇ 5 ਤਖ਼ਤ ਇਹਨਾਂ ਨਿਹੰਗ ਸਿੰਘ ਫੌਜਾਂ ਦੇ ਹਵਾਲੇ ਕੀਤੇ ਜਾਣ ਜੇ ਤੁਹਾਡੇ ਹੱਥ ਕਰੇ। ਜਦੋਂ ਕਹਿੰਦੇ ਨੇ ਅਸੀਂ ਬੱਕਰੇ ਮੰਗ ਝਟਕ ਦਾਂਗੇ, ਆ ਲਾ ਤਾ ਗਰਮੀ ਖਾਣਾ ਉੱਥੇ ਖਾਣੀ ਹੀ ਗਰਮੀ ਲੈਣਾ ਪੈਣਾ ਇਹ ਪ੍ਰਬੰਧ ਹੱਥਾਂ 'ਚ। ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਗਲੇ ਮਿਲੇ। ਹੋਣਾ ਪੈਣਾ ਥਾਲੀ 'ਚ ਪਰੋਸ ਕੇ, ਕਿਸੇ ਨੇ ਕੁਛ ਨਹੀਂ ਦੇਣਾ। ਹੋ ਜੋ ਤਕੜੇ ਨੌਜਵਾਨ ਦੀ ਜਾਗਰਤ ਹੈ। ਵੇਖੋ ਬਾਬਾ ਯਾਰ ਸਿੰਘ, ਵੇਖੋ ਕਿੱਡੀ ਚੜ੍ਹਦੀ ਕਲਾ ਇਹਦੀ, ਭਾਵੇਂ ਇਹਦੇ ਬਹੁ ਨਹੀਂ ਹੈਗੇ, ਜ਼ਮੀਰ ਤੇ ਇਹਦਾ ਹੌਸਲਾ ਕਿੱਡਾ। ਤੇ ਸਭ ਤੋਂ ਵੱਡੀ ਗੱਲ ਇਹ ਹੈ, ਦੀਪ ਨੇ ਜਿਹੜੀ ਗੱਲ ਕਹੀ ਹੈ ਉਸੇ ਪਿੰਡ 'ਚ, ਮੈਂ ਤੁਹਾਨੂੰ ਦੱਸਦਾ ਕੋਈ ਗੱਲਾਂ ਦੱਸਣ ਵਾਲੀਆਂ ਵੀ ਹੁੰਦੀਆਂ। ਇੱਕ ਗੁਰੂ ਘਰ ਇੱਕ ਸ਼ਮਸ਼ਾਨ ਘਰ ਚਾਹੀਦਾ, ਆਪਣੇ ਗੁਰੂ ਤਾਂ ਸਾਰਾ ਕੁਛ
जात पात सारा कुछ समाप्त करके गए सी। अपा किन्ने का जिहड़े इस गल ते पहरा दिंदे आ असीं दित्ता साडे इक गुरु घर है पिंड एक शमशान घाट है जाके देख अपा खड़दे ही नहीं यार सच दे मूहरे कोई इट्टां सटा लैंदा गुरु घर बनाउण नूं जे उहनूं रोकण जाए ना आले दुआले ये ज्यादा होंदे ने भी गुरु का काम हो रहा ना रोको जे ना सिंह साहब ने दस्या नहिंग सिंघां ने कि अपना जिहड़ा हैगा दो दो बाटे अमृत तैयार होने के मेरे तो अच्छी पहली बार सुनो एक तो माड़ी गल की हो जितन पांच प्यारे साजे थी गुरु गोबिंद सिंह महाराज ने इस धरती से उदन जात पात देखी थी कदे नहीं सी देखी इस करके जिहड़ा किसानी संघर्ष है ना तुहानू उहदी नहिंग सिंघां दी दसदी है नहिंग सिंघां बारे बड़ा कुछ कहिंदे ने बड़ा कुछ कहिंदे ने पर अपने शब्द लाउंदे हुंदे ने भाई महन सिंह होनी पुत तेरे साहब कुरे नहंग सिंह गोल तमालियां वाले लाउंदे हुंदे ने ना जे नहिंग सिंह फौजां दिल्ली ना हुंदियां तां इहनां कामरेडां दी पतीड़ उत्थों RSS और BJP ने पवा देनी सी जे उह कृपाना ना करदे मैं सी उत्थे हाजर निज प्रस्तियां नाल जुड़े होए हैं निज प्रस्ती छड्ड नहीं सकदे जिहनां तों डरदे हां आपां ओ यार इतिहास का देखो पढ़ के इतिहास ना जुड़ो तो सही अपने किरदारां च तां वापस जाओ सारा सरबंस वारता गुरु गोबिंद सिंह महाराज ने उहदा नहीं सी जी करदा राज भाग लैण नूं वजीरियां लैण नूं मोहरां लैण नूं आपां खड़ कित्ते इह लड़ाई लड़नी पैणी है तुहानूं बार बार अहसास कराउंदे ने तुसीं गुलाम हो बार बार और ये गल संत जरनैल सिंह खालसा पिंडर वाले समझ गए थी ते आपां टैग की ला के रखिया संत जरनैल सिंह इंदिरा गांधी ने प्लांट किए ने अपने को ता एक गल जद करते हैं ना जो संत जरनैल सिंह कर गया बाबा बंदा सिंह बहादुर तो बाद जिहड़ा कौम दे संत जरनैल सिंह टीका ला गया वो किसे ते नहीं लगना नहीं तो बादल वर्गे आए ने लुट्टण बादल को 85 किले की जिद्दी जमीन 40 तो साढ़े को भी दी है साढ़े को तो 41 नहीं हुए तो देख लो अरबां खरबां 15,000 करोड़ के 5 होटल ने यह जी कि खेती बादल कला करता यह जी पोलीटिशियन कि करते हैं थोनू लुट्टी जा रहे हैं आप छोट छोटिया गल् लीडरिया सरपंचिया पंचियों से खड़ता उठे गए वोट पाने वाले कोई सोचता जितन मोदी जितया थी यही बादल परिवार कंजर कट्ठे होकर ढोल बजाते थी हूँ जब मक्खन मंग मारे कद के बाहर पहला तिने सुखबीर बादल भी वह बुढ़ा बादल भी तो बीबी बादल भी गुण गुणाते थी बिलों के भी आह गुण ने देखो किड्डा बड़ा फैसला हो गया हूँ कहने जी असी सब तो वध लड़ाई लड़ रहे हैं वो यार इस परिवार वास्ते कहण की लोड़ नहीं भी इहनू भजाउणा है जिवें भजा रहे उन्होंने बढ़ने इन्हों का यार इसकी पिंड इन्होंने बेड़ा गर्क इन्हों ने करिया सब तो बोले जिस बहादुर कौम की जिस गुरु गोबिंद सिंह महाराज की साजी हुई कौम की बीबी जगीर कौर वर्गी प्रधान होगी वह कौम तो आस की रखेंगे फिर दसो वो तो फिर डराऊगी थोड़ू 751 से भी डराऊ 307 से भी डराऊ 302 से भी डराऊ आ जोड़े अच्कल पाते हैं सोवल एक्ट जे हथियार उन्होंने भी डराऊगी ये आप एसिया रह रहे पोले हो गए खाते ने समान इस गुरु का भरना पैने भर रहे ना बादल परिवार कहें भी सूरज नहीं छपना कहना भी 25 साल राज करूँ पिंडा च नहीं बन दे रहे तुम लोग 100 दिन ही निकलिया भी मत्था टेक के बादल नूं जिवें बादल परमात्मा हुंदा मार मार डांगा अंदर वाड़ता लोगों ने कमला होया फिरदा इस करके अपा यार समझिए अपा छोटिया गल्लां ना पईए जिहड़ा किसानी संघर्ष है उहनूं अपा समर्पित हैं जिद्दण दिल्ली ना इट ना इट खड़काउणी होई ना इहनूं असीं लैके जावांगे मूहरे मिन्नतां दिल्ली दीआं ना साडे वारसां ने करियां ने ते ना असीं करनियां ने दिल्ली दी गर्दन ते गोडा जिद्दण रखणा होया असीं चलांगे सारे तुहाडे नाल वादा आया पटा गल चुपा के ना गए हैं ते ना कदे जावांगे वाहेगुरु जी का खालसा वाहेगुरु जी का खालसा वाहेगुरु जी की फतेह। सन परविंदर सिंह।